सब तो पहला ए वाला व्लॉग मैं तां नहीं बना रहा कि कैनेडा नूं मैं बहुत पसंद करदा या फिर इंडिया मैनूं पसंद नहीं हैगा। जिन्ना मैं कैनेडा नूं पसंद करदा उस तो 100 गुना ज्यादा तुसीं कह सकदे हो कि इंडिया नूं पसंद करदा मैं, कि बहुत कुछ है इंडिया दे विच, सारा कुछ अपने इंडिया दे विच ही आ। नाले इंडिया नूं कदे भी लगदा नहीं कि जे इत्थे रहां मैं सारी उम्र तां वी इंडिया नूं कदे भुल सकदा। एनीवेज वेलकम बैक टू कंडा व्लॉग्स। जिहड़े नवे आए ने चैनल नूं सबसक्राइब करियो, वीडियो नूं लाइक करियो, कमेंट करके दस्सियो तुहानूं किदां दी लग्गी वीडियो। करदे हां शुरू कंडा व्लॉग्स। अज दा व्लॉग मैं बना रहा हां जिन्ना क मैनूं हुण तक एक्सपीरियंस होया ते जिहड़ी जिहड़ी चीजां मैनूं कैनेडा बारे हुण तक वधिया लगियां, अज मैं उहनां बारे गल करूंगा। मैनूं लगदा है कि जे तुसीं कैनेडा आ रहे हो तां फिर तुहानूं इह वाली चीजां पता होना चाहीदा ते नाले तुहानूं वी पता होना चाहीदा किहड़ियां गल्लां वल्लों कैनेडा वधिया आ। ये इदा नहीं है कि कलियां अच्छाइयां ही है कैनेडा दे विच, इदा भी आ कि बहुत बुराइयां भी हैगियां, बहुत इदा दी चीजां भी हैगियां जिहड़ियां मैनूं नहीं पसंद हैगियां, लोकां नूं नहीं पसंद हैगियां। उहदा अलग ब्लॉग बनावांगे। अज पहला ब्लॉग बनाने आ किहड़ियां किहड़ियां चीजां मैनूं कैनेडा बारे पसंद आ, ते नाले अज मैं तुहानूं इक ऐप दसूंगा जिहदे राहीं तुसीं अपने आप नूं इंप्रूव कर सकदे हो अपने इंग्लिश स्किल्स ਦੇ ਵਿੱਚ। ਹੁਣ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਮੈਂ ਸਭ ਤੋਂ ਪਹਿਲਾਂ ਜਿਹਦੀ ਗੱਲ ਕਰੂੰਗਾ ਉਹ ਹੈਗੀ ਡਾਈਵਰਸਿਟੀ। ਡਾਈਵਰਸਿਟੀ ਡਾਈਵਰਸਿਟੀ ਕੈਨੇਡਾ ਵਿੱਚ ਬਹੁਤ ਹੈ। ਡਾਈਵਰਸਿਟੀ ਮਤਲਬ ਤੁਹਾਨੂੰ ਕੱਲੀ ਪੂਰੀ ਦੁਨੀਆ ਵਿੱਚ ਇੱਕ ਕੈਨੇਡਾ ਹੀ ਇੱਦਾਂ ਦੀ ਕੰਟਰੀ ਮਿਲੂਗੀ ਜਿਹਦੇ ਵਿੱਚ ਸਾਰੀ ਦੁਨੀਆ ਇੱਕ ਹੀ ਜਗ੍ਹਾ ਤੇ ਬਸੀ ਹੋਈ ਆ। ਮੈਨੂੰ ਲੱਗਦਾ ਹੁਣ ਤੱਕ ਮੈਨੂੰ ਹੀ ਇਕੱਲੇ ਨੂੰ ਨਾ ਇੱਥੇ ਕੈਨੇਡਾ ਦੇ ਵਿੱਚ ਘੱਟੋ ਘੱਟ 15-20 ਕੰਟਰੀਆਂ ਦੇ ਲੋਕ ਮਿਲ ਗਏ ਹੋਣੇ ਆ। ਤੇ ਤੁਸੀਂ ਕੈਨੇਡਾ ਦੇ ਵਿੱਚ ਜਿੱਥੇ ਵੀ ਜਾਓਗੇ ਨਾ, ਜਿਹੜੇ ਜਿਹੜੀ ਮਰਜ਼ੀ ਸਾਈਡ ਚਲ ਜਾਓ ਤੁਸੀਂ ਜਾ ਕੇ, ਜਾਂ ਕਿਸੇ ਨੂੰ ਪੁੱਛੋਗੇ ਕਿ ਤੁਸੀਂ ਕੈਨੇਡੀਅਨ ਹੋ, ਕੋਈ ਵੀ ਤੁਹਾਨੂੰ ਇਹ ਨਹੀਂ ਕਹੂਗਾ ਕਿ ਉਹ ਕੈਨੇਡੀਅਨ ਆ। ਮਤਲਬ ਉਦਾਂ ਚਲੋ ਭਾਵਾਂ ਉਹ ਆਪ ਕੈਨੇਡਾ ਦੇ ਵਿੱਚ ਬੋਰਨ ਹੋਏ ਹੋਣ, ਉਹਨਾਂ ਦੇ ਪਿੱਛੇ ਮਾਪੇ, ਉਹਨਾਂ ਦੇ ਦਾਦੇ ਪਰਦਾਦੇ ਕਿਸੇ ਨਾ ਕਿਸੇ ਕੰਟਰੀ ਤੋਂ ਆਏ ਹੁੰਦੇ ਆ ਕੈਨੇਡਾ ਦੇ ਵਿੱਚ, ਜਿਹਦੇ ਕਰਕੇ ਨਾ ਕੈਨੇਡਾ ਦੇ ਵਿੱਚ ਹਰ ਇੱਕ ਕੰਟਰੀ ਦੇ ਲੋਕ ਇਕੱਠੇ ਮਿਲ ਕੇ ਰਹਿੰਦੇ ਆ। ਮੈਂ ਕਹਿੰਦਾ ਕਿ ਪਾਕਿਸਤਾਨੀ, ਨੇਪਾਲ, ਪਤਾ ਨਹੀਂ ਕਿਹੜੀ ਕਿਹੜੀ ਕੰਟਰੀ ਨਾ, ਬੰਗਲਾਦੇਸ਼ ਹੋ ਗਿਆ, ਸਾਰੀਆਂ ਕੰਟਰੀਆਂ ਦੇ ਲੋਕਾਂ ਨੂੰ ਇੱਥੇ ਮਿਲਿਆ ਮੈਂ। ਸਾਰੇ ਇੱਥੇ ਇਮੀਗ੍ਰੈਂਟ ਹੀ ਹੋਇਆ ਵਾ, ਕਿਸੇ ਨਾ ਕਿਸੇ ਰੀਜ਼ਨ ਕਰਕੇ ਕੈਨੇਡਾ ਦੇ ਵਿੱਚ ਆ ਕੇ ਵਸੇ ਹੋਆ, ਜਿਹਦੇ ਕਰਕੇ ਨਾ ਇਹ ਕੈਨੇਡਾ ਨੂੰ ਬਹੁਤ ਡਾਈਵਰਸ ਬਣਾ ਦਿੰਦੇ ਆ, ਤੇ ਨਾਲੇ ਸਾਨੂੰ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਨੂੰ ਮਿਲਣ ਨੂੰ ਮਿਲਦਾ ਆ, ਤੇ ਨਾਲੇ ਅਲੱਗ ਅਲੱਗ ਤਰ੍ਹਾਂ ਦਾ ਸਾਨੂੰ ਉਹਨਾਂ ਦਾ ਕਲਚਰ ਪਤਾ ਲੱਗਦਾ ਨਾ। ਇਹਦੇ ਕਰਕੇ ਮੈਨੂੰ ਬਹੁਤ ਵਧੀਆ ਕੰਟਰੀ ਲੱਗਦੀ ਆ, ਤੇ ਨਾਲੇ ਦੂਜੀ ਗੱਲ ਜਿੰਨੇ ਜ਼ਿਆਦਾ ਲੋਕਾਂ ਨੂੰ ਅਸੀਂ ਮਿਲਾਂਗੇ ਤੇ ਓਨਾ ਹੀ ਜ਼ਿਆਦਾ ਸਾਨੂੰ ਉਹਨਾਂ ਦਾ ਪਤਾ ਲੱਗੂਗਾ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਸਾਨੂੰ ਅਸੀਂ ਭਾਵੇਂ ਸਾਨੂੰ ਉਹਨਾਂ ਦੀ ਲੈਂਗੁਏਜ ਨਹੀਂ ਆਉਂਦੀ ਪਰ ਅਸੀਂ ਉਹਨਾਂ ਨਾਲ ਇੰਗਲਿਸ਼ ਦੇ ਵਿੱਚ ਗੱਲ ਕਰਾਂਗੇ। ਲੋਕੀ ਬਹੁਤ ਪੋਲਾਈਟ ਨੇ ਇੱਥੇ ਦੇ, ਪੋਲਾਈਟ ਮਤਲਬ ਜੇ ਕੋਈ ਨਿਕਲਦਾ ਵੀ ਹੋਊਗਾ ਨਾ ਉਹਨੇ ਤੁਹਾਨੂੰ ਬੁਲਾ ਕੇ ਜਾਣਾ, ਹੈਲੋ ਹਾਏ ਕਰਦੇ ਜਾਣਾ ਭਾਵੇਂ ਤੁਸੀਂ ਉਹਨੂੰ ਜਾਣਦੇ ਜਾਂ ਨਹੀਂ ਜਾਣਦੇ। ਜੇ ਤੁਸੀਂ ਜੇ ਕਿਸੇ ਨੇ ਤੁਹਾਡੇ ਸਾਹਮਣੇ ਸਮਝੋ ਰੋਡ ਵੀ ਕ੍ਰੋਸ ਕੀਤਾ ਨਾ, ਤੁਸੀਂ ਜਾ ਰਹੇ ਹੋ, ਉਹਨੇ ਤੁਹਾਨੂੰ ਜਾਂਦੇ ਹੋਏ ਥੈਂਕ ਯੂ ਕਹਿ ਕੇ ਜਾਣਾ। ਜੇ ਤੁਸੀਂ ਕੈਨੇਡਾ ਦੇ ਵਿੱਚ ਆਣਾ ਆ ਜਾਂ ਫਿਰ ਜੇ ਤੁਸੀਂ ਕੈਨੇਡਾ ਦੇ ਵਿੱਚ ਵੀ ਹੋ, ਸਭ ਤੋਂ ਪਹਿਲੀ ਜਿਹੜੀ ਆਪਣੀ ਗੱਲ ਮੈਟਰ ਕਰਦੀ ਆ, ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਇੱਥੇ ਲੋਕੀ ਬਹੁਤ ਪੋਲਾਈਟ ਆ, ਜੇ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਗੱਲ ਤਾਂ ਇੰਗਲਿਸ਼ ਵਿੱਚ ਕਰੋਗੇ ਨਾ, ਹੁਣ ਉਹਦੇ ਲਈ ਇੰਗਲਿਸ਼ ਆਣੀ ਬਹੁਤ ਜ਼ਰੂਰੀ ਆ। ਹੁਣ ਮੈਂ ਤੁਹਾਨੂੰ ਇੱਕ ਐਪ ਦੱਸਣ ਜਾ ਰਿਹਾ ਆ ਜੋ ਕਿ ਜਿਹਦਾ ਨਾਮ ਆ ਕੈਂਪਲੀ। ਉਹ ਇੰਡੀਆ ਦੀ ਇਕੱਲੀ ਇਕੱਲੀ ਇੱਕ ਇੱਦਾਂ ਦੀ ਐਪ ਆ ਜਿਹਦੇ ਰਾਹੀਂ ਤੁਸੀਂ ਫੇਸ ਟੂ ਫੇਸ ਟਿਊਟਰਸ ਦੇ ਨਾਲ ਗੱਲ ਕਰ ਸਕਦੇ ਹੋ ਜਿਹੜੇ ਪ੍ਰੋਫੈਸ਼ਨਲ ਟਿਊਟਰਸ ਨੇ। ਕੈਂਪਲੀ ਦੇ ਰਾਹੀਂ ਉਹ ਤੁਹਾਨੂੰ ਨਾ ਪਰਸਨਲ ਕਲਾਸਿਸ ਦੇਣਗੇ, ਆਨਲਾਈਨ ਕਲਾਸਿਸ ਜਿਹਦੇ ਨਾਲ ਤੁਸੀਂ ਉਹਨਾਂ ਫੇਸ ਟੂ ਫੇਸ ਗੱਲ ਕਰ ਸਕਦੇ ਹੋ ਇੰਗਲਿਸ਼ ਦੇ ਵਿੱਚ। ਉਹ ਦੁਨੀਆ ਦੀ ਅਲੱਗ ਅਲੱਗ ਕੰਟਰੀ ਤੋਂ ਹੋਣਗੇ, ਇਹ ਕਹਿ ਸਕਦੇ ਹੋ ਜਿੱਦਾਂ ਤੁਸੀਂ ਆਈਲਸ ਦਾ ਐਗਜ਼ਾਮ ਦੇਣਾ ਆ, ਤੇ ਤੁਹਾਡੇ ਸਾਰੇ ਦੇ ਸਾਰੇ ਮੋਡਿਊਲਸ ਵਧੀਆ ਨੇ ਬਟ ਤੁਹਾਨੂੰ ਇਕੱਲੀ ਸਪੀਕਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਆ, ਤੇ ਇਹਦੇ ਵਿੱਚ ਤੁਸੀਂ ਆਪਣੇ ਫੋਨ ਦੇ ਉੱਤੇ ਕਿਸੇ ਵੀ ਟਿਊਟਰ ਨੂੰ ਕੋਲ ਲਗਾ ਕੇ ਉਹਨਾਂ ਦੀ ਡਿਸਕ੍ਰਿਪਸ਼ਨ ਚੈੱਕ ਕਰਕੇ ਕੋਲ ਲਗਾਓ ਤੇ ਉਹਨਾਂ ਨਾਲ ਗੱਲ ਕਰੋ ਫੇਸ ਟੂ ਫੇਸ, ਤੇ ਤੁਹਾਡਾ ਕੌਨਫੀਡੈਂਸ ਵਧੂਗਾ, ਤੇ ਨਾਲੇ ਜਿੱਦਾਂ ਆਈਲਸ ਦਾ ਐਗਜ਼ਾਮ ਹੁੰਦਾ ਆ ਸੇਮ ਤੁਸੀਂ ਉਦੀ ਉਹਨਾਂ ਨਾਲ ਗੱਲ ਕਰੋਗੇ। ਬਹੁਤ ਫਰੈਂਡਲੀ ਨੇਚਰ ਦੇ ਆ ਉਹ, ਬਿਨਾਂ ਜਜਮੈਂਟ ਕੀਤੇ ਜਿੱਦਾਂ ਦੀ ਮਰਜ਼ੀ ਇੰਗਲਿਸ਼ ਆ ਤੁਹਾਡੀ ਉਹ ਤੁਹਾਡੇ ਨਾਲ ਗੱਲ ਕਰਨਗੇ ਬੜੀ ਵਧੀਆ। ਤੇ ਨਾਲੇ ਇਹਦੇ ਉੱਤੇ ਸਭ ਤੋਂ ਵਧੀਆ ਫਾਇਦਾ ਇਹ ਹੈ 24/7 ਤੁਸੀਂ ਕਿਸੇ ਵੀ ਦਿਨ ਕਿਸੇ ਵੀ ਘੰਟੇ ਉਹਨਾਂ ਨੂੰ ਜਿਹੜੀ ਮਰਜ਼ੀ ਵੇਲੇ ਉਹਨਾਂ ਨੂੰ ਕੋਲ ਲਗਾ ਸਕਦੇ ਹੋ, ਉਹਨਾਂ ਨਾਲ ਗੱਲ ਕਰ ਸਕਦੇ ਹੋ। ਤੇ ਫਿਰ ਹੁਣ ਗੱਲ ਕਰਦੇ ਆ ਇੱਕ ਟਿਊਟਰ ਦੇ ਨਾਲ, ਤੇ ਤੁਹਾਨੂੰ ਮੈਂ ਦੱਸਦਾ ਕਿੱਦਾਂ ਕਿੱਦਾਂ ਇਹ ਐਪ ਤੁਸੀਂ ਚਲਾਉਣੀ ਆ। ਸਭ ਤੋਂ ਪਹਿਲਾਂ ਤੁਸੀਂ ਮੇਰੀ ਸਕਰੀਨ ਦੇ ਉੱਤੇ ਦੇਖਦੇ ਹੋਣੇ ਆ, ਇੱਧਰ ਜਾਂ ਇੱਧਰ ਕਿਤੇ ਹੋਣੀ ਆ ਸਕਰੀਨ ਆਉਂਦੀ ਹੋਈ ਇਸ ਟਾਈਮ। ਤੁਸੀਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਐਪ ਸਟੋਰ ਜਾਂ ਫਿਰ ਪਲੇ ਸਟੋਰ ਦੇ ਉੱਤੇ ਜਾ ਕੇ ਕੈਂਬਲੀ ਐਪ ਡਾਊਨਲੋਡ ਕਰਨੀ, CAMBLY ਕੈਂਬਲੀ ਐਪ ਡਾਊਨਲੋਡ ਕਰੋ। ਉਹਨੂੰ ਡਾਊਨਲੋਡ ਕਰਨ ਤੋਂ ਬਾਅਦ ਉਹਦੇ ਤੇ ਆਪਣਾ ਅਕਾਊਂਟ ਬਣਾਓ। ਫਿਰ ਜਦੋਂ ਤੁਸੀਂ ਕੈਂਬਲੀ ਐਪ ਖੋਲੋਗੇ ਫਿਰ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਆਹ ਵਾਲੀ ਸਕਰੀਨ ਆ ਜਾਣੀ ਵੈਲਕਮ ਟੂ ਕੈਂਬਲੀ, ਤੇ ਉਹਦੇ ਨੀਚੇ ਤੁਸੀਂ ਆਹ ਦੇਖੋ ਆ ਜਿਹੜੀ ਬੁੱਕ ਬਣੀ ਹੋਈ ਆ ਇਹਦੇ ਉੱਤੇ ਕਲਿੱਕ ਕਰੋਗੇ, ਇੱਥੇ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਕੋਰਸਿਸ ਆ ਜਾਣੇ ਆ ਵੈਲਕਮ ਟੂ ਕੋਰਸਿਸ। ਤੇ ਇਹਦੇ ਵਿੱਚ ਆਹ ਦੇਖੋ ਬਹੁਤ ਆ ਇੰਗਲਿਸ਼ ਕਨਵਰਸੇਸ਼ਨ, ਜੇ ਤੁਸੀਂ ਨੋਰਮਲ ਕਰਨੀ ਆ ਤਾਂ ਫੋਰ ਇੰਗਲਿਸ਼ ਫਲੂਐਂਸੀ, ਜੇ ਅਸੀਂ ਆਪਣੀ ਫਲੂਐਂਸੀ ਵਧਾਉਣੀ ਆ ਇੰਗਲਿਸ਼ ਦੀ ਉਹ
ਤੇ ਇਹਦੇ ਵਿੱਚ ਤੁਸੀਂ ਬਹੁਤ ਤਰ੍ਹਾਂ ਦੇ ਟੌਪਿਕ ਚੂਜ਼ ਕਰ ਸਕਦੇ ਹੋ। ਉਸ ਤੋਂ ਇਲਾਵਾ ਪ੍ਰੋਫੈਸ਼ਨਲ ਡਿਵੈਲਪਮੈਂਟ ਜੇ ਤੁਸੀਂ ਕਰਨੀ ਹੈ ਐਡਵਾਂਸਡ ਇੰਗਲਿਸ਼, ਉਹਦੇ ਲਈ ਇੱਥੇ ਅਲੱਗ ਅਲੱਗ ਜਿੱਦਾਂ ਦੇਖੋ ਐਡਵਾਂਸਡ ਲੈਵਲ ਦੇ 14 ਲੈਸਨ ਨੇ, ਇੰਟਰਮੀਡੀਏਟ ਦੇ 10 ਲੈਸਨ ਨੇ। ਉਸ ਤੋਂ ਥੱਲੇ ਤੁਸੀਂ ਆ ਜਾਓ ਐਕਸਪ੍ਰੈਸ ਯੂਅਰ ਸੈਲਫ ਮੂਵੀਜ਼ ਐਂਡ ਟੈਲੀਵਿਜ਼ਨ, ਲਾਈਕ ਜੇ ਤੁਸੀਂ ਨੋਰਮਲ ਆਪਣੀ ਕੋਈ ਗੱਲਬਾਤ ਕਰਨੀ ਹੈ ਨਾ ਉਹ। ਤੇ ਇਸ ਤੋਂ ਥੱਲੇ ਜਿਹੜਾ ਕਿ ਬਹੁਤ ਜ਼ਿਆਦਾ ਤੁਹਾਡੇ ਕੰਮ ਆਊਗਾ ਉਹ ਹੈਗਾ ਐਗਜ਼ਾਮ ਪ੍ਰੈਪਰੇਸ਼ਨ, ਆਇਲਸ ਸਪੀਕਿੰਗ ਮੋਕ ਟੈਸਟ। ਇਹ ਤੁਹਾਡੇ ਬਹੁਤ ਕੰਮ ਆਉਣਾ ਕਿਉਂਕਿ ਜੇ ਤੁਸੀਂ ਆਇਲਸ ਐਗਜ਼ਾਮ ਦੇਣਾ ਆ ਤੁਸੀਂ ਇਹਦੇ ਵਿੱਚ ਜਾ ਕੇ ਚੂਜ਼ ਕਰ ਸਕਦੇ ਹੋ। ਤੇ ਆਇਲਸ ਸਪੀਕਿੰਗ ਪਾਰਟ 3, ਸਪੀਕਿੰਗ ਪਾਰਟ 2, ਸਪੀਕਿੰਗ ਪਾਰਟ 1, ਜਿੱਦਾਂ ਕਿ ਤੁਹਾਨੂੰ ਪਤਾ ਆਇਲਸ ਵਿੱਚ ਤਿੰਨ ਤਿੰਨ ਪਾਰਟ ਹੁੰਦੇ ਆ, ਤੁਸੀਂ ਕੋਈ ਵੀ ਚੂਜ਼ ਕਰਕੇ ਇਹਨਾਂ ਵਿੱਚੋਂ ਨਾ ਕਿਸੇ ਵੀ ਤਰ੍ਹਾਂ ਟਿਊਟਰ ਦੇ ਨਾਲ ਆਪਣੀ ਗੱਲ ਕਰ ਸਕਦੇ ਹਾਂ, ਕਿਸੇ ਵੀ ਪਾਰਟ ਨੂੰ ਆਪਣੇ ਨੂੰ ਇੰਪਰੂਵ ਕਰ ਸਕਦੇ ਹਾਂ ਪਰਸਨਲੀ ਉਹਨਾਂ ਦੇ ਨਾਲ ਗੱਲ ਕਰਕੇ। ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿਸੇ ਟਿਊਟਰ ਦੇ ਨਾਲ। ਹੁਣ ਆਹ ਥੱਲੇ ਤੁਸੀਂ ਦੇਖ ਰਹੇ ਹੋ ਆਹ ਜਿਹੜਾ ਮੈਗਨੀਫਾਇੰਗ ਗਲਾਸ ਬਣਿਆ ਹੋਇਆ, ਇਹਦੇ ਉੱਤੇ ਤੁਸੀਂ ਜਾਓਗੇ ਤੁਹਾਨੂੰ ਅਲੱਗ ਅਲੱਗ ਕੰਟਰੀਜ਼ ਦੇ ਟਿਊਟਰ ਮਿਲ ਜਾਣੇ ਇੱਥੇ, ਲਾਈਕ ਆ ਕੈਨੇਡਾ ਦਾ ਤੇ ਅਮੈਰੀਕਾ ਦੇ ਹਨਾ, ਆਹ ਦੇਖੋ ਇੰਗਲੈਂਡ, ਸਾਰੀ ਕੰਟਰੀਜ਼ ਦੇ ਇੱਥੇ ਆਲਮੋਸਟ ਟਿਊਟਰ ਨੇ, ਇੱਥੇ ਥਾਊਜ਼ੈਂਡਸ ਦੇ ਵਿੱਚ ਨੇ ਜਿਹਦੇ ਰਾਹੀਂ ਤੁਸੀਂ ਚੂਜ਼ ਕਰ ਸਕਦੇ ਹੋ ਤੁਸੀਂ ਕਿਹਦੇ ਨਾਲ ਗੱਲ ਕਰਨੀ। ਜੇ ਤੁਸੀਂ ਕੈਨੇਡਾ ਆਉਣਾ ਤਾਂ ਫਿਰ ਇੱਥੋਂ ਕੈਨੇਡਾ ਦਾ ਚੂਜ਼ ਕਰੋ, ਅਤੇ ਕੈਨੇਡਾ ਵਾਲੇ ਨੂੰ ਕੋਲ ਕਰ ਲਓ। ਹੁਣ ਅਸੀਂ ਕਰਦੇ ਹਾਂ ਗੱਲ, ਆ ਜਾਓ। ਹੁਣ ਇਹਨਾਂ ਵਿੱਚੋਂ ਅਸੀਂ ਕੋਈ ਵੀ ਟਿਊਟਰ ਚੂਜ਼ ਕਰਦੇ ਹਾਂ, ਲਾਈਕ ਆਹ ਦੇਖੋ ਐਲੋਰਾ ਲੂਜ਼ੀਆਨਾ ਯੂਐਸਏ ਤੋਂ ਆ, ਇਹਨੂੰ ਅਸੀਂ ਕਾਲ ਕਰਦੇ ਹਾਂ। Hello, how are you? I'm good. How are you? Good. I'm also good. What is your name? My name is Mohit. And what is your name? Mohit. My name is Laura. Where are you from? Nice to meet you. Nice to meet you. I'm from the United States. Oh, cool. My state is called Louisiana. Oh yeah, I heard about it. And I'm from Nova Scotia, Canada. Really nice. Okay, Nova Scotia. Oh, I would love to go there. Oh yeah. Many people from Louisiana have ancestors from Nova Scotia. Oh really? I never been there. Yes. I've been to New York City, but I never been to Louisiana. Yeah, it's very fun. Everyone here is so nice. Oh, and they would love to meet you. Yes, they would love to meet you. Before you go, I would like to find out what would you like to focus on? Grammar, pronunciation, what? Actually, the more the preferable thing is my IELTS speaking. So if I wanna give the IELTS exam, so I wanna focus on the exam. I wanna do the preparation for my IELTS exam. Thank you so much for calling me. Thank you so much. Nice to meet you. See you. Nice to meet you. Have a wonderful day. You or too. Night. Bye bye. Bye bye. ਫਿਰ ਇੱਦਾਂ ਹੋਇਆ ਜਿੱਦਾਂ ਤੁਸੀਂ ਦੇਖਿਆ ਨਾ, ਮੈਂ ਉਹਦੇ ਨਾਲ ਗੱਲ ਕੀਤੀ। ਹੁਣ ਮੈਨੂੰ ਇੱਦਾਂ ਫੀਲ ਨਹੀਂ ਹੋਇਆ ਜਮਾਂ ਵੀ ਕਿ ਜਿੱਦਾਂ ਮੈਂ ਕਿਸੇ ਪਰਾਏ ਬੰਦੇ ਦੇ ਨਾਲ ਗੱਲ ਕਰ ਰਿਹਾ। ਇੰਸਟੀਟਿਊਟ ਦੇ ਵਿੱਚ ਬੈਠ ਕੇ ਵੀ ਗੱਲ ਕਰਦਾ ਹੁੰਦਾ ਸੀਗਾ ਨਾ ਇੰਡੀਆ, ਉਸ ਵੇਲੇ ਸਾਨੂੰ ਪਤਾ ਹੁੰਦਾ ਕਿ ਜਿਹੜਾ ਸਾਹਮਣੇ ਬੰਦਾ ਸਾਨੂੰ ਪੜ੍ਹਾ ਰਿਹਾ ਆ ਉਹਨੂੰ ਪੰਜਾਬੀ ਆਉਂਦੀ ਆ। ਇਹ ਬਹੁਤ ਫਰਕ ਪੈਂਦਾ। ਇੱਦਾਂ ਮੈਨੂੰ ਪਤਾ ਸੀਗਾ ਕਿ ਉਹਨੂੰ ਪੰਜਾਬੀ ਨਹੀਂ ਆਉਂਦੀ, ਉਹ ਹਿੰਦੀ ਪੰਜਾਬੀ ਬੋਲ ਹੀ ਨਹੀਂ ਸਕਦੀ, ਇਸ ਲਈ ਸਾਨੂੰ ਨਾ ਚਾਹੁੰਦੇ ਹੋਏ ਵੀ ਸਾਨੂੰ ਇੰਗਲਿਸ਼ 'ਚ ਗੱਲ ਕਰਨੀ ਪੈਣੀ ਆ, ਜਿਹਦੇ ਕਰਕੇ ਸਾਨੂੰ ਨਵੇਂ ਨਵੇਂ ਵਰਡਸ ਪਤਾ ਲੱਗਦੇ। ਜਿੱਦਾਂ ਉਹਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਉਹਦੇ ਐਕਸੈਂਟ ਦਾ ਪਤਾ ਲੱਗਿਆ, ਮੈਂ ਉਹਦੇ ਐਕਸੈਂਟ ਦੇ ਵਿੱਚ ਬੋਲਣ ਦੀ ਟਰਾਈ ਕੀਤੀ ਹੈ ਨਾ। ਹੁਣ ਜੇ ਤੁਸੀਂ ਆਪਣਾ ਕੋਈ ਪਲਾਨ ਚੂਜ਼ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਆ ਦੇਖੋ ਸਬਸਕ੍ਰਾਈਬ ਦੇ ਉੱਤੇ ਜਾਓਗੇ, ਇੱਥੇ ਤੁਹਾਨੂੰ ਡਿਫਰੈਂਟ ਕਾਇੰਡਸ ਦੇ ਪਲਾਨ ਮਿਲੂਗੇ, ਮੰਥਲੀ ਪਲਾਨ, ਕੁਆਟਰਲੀ ਪਲਾਨ, ਈਅਰਲੀ ਪਲਾਨ। ਮੇਰੇ ਹਿਸਾਬ ਨਾਲ ਤੁਹਾਨੂੰ ਕੁਆਟਰਲੀ ਪਲਾਨ ਲੈਣਾ ਚਾਹੀਦਾ ਆ, ਕਿਉਂਕਿ ਕੁਆਟਰਲੀ ਪਲਾਨ ਦੇ ਵਿੱਚ ਤੁਹਾਨੂੰ ਮੇਰੇ ਵੱਲੋਂ ਡਿਸਕਾਊਂਟ ਮਿਲੂਗਾ। ਜੇ ਜਦੋਂ ਤੁਸੀਂ ਇਹ ਵਾਲਾ ਪਲਾਨ ਚੂਜ਼ ਕਰੋਗੇ ਤੁਸੀਂ ਵਿੱਚ ਮੇਰਾ ਕੋਡ ਯੂਜ਼ ਕਰ ਸਕਦੇ ਹੋ, ਕੰਡਾ ਵਲੌਗਸ ਥੱਲੇ ਲਿਖ ਕੇ ਆ ਰਿਹਾ ਹੋਣਾ ਆ, ਉਹ ਵਾਲਾ ਕੋਡ ਜੇ ਤੁਸੀਂ ਵਿੱਚ ਯੂਜ਼ ਕਰੋਗੇ ਤੁਹਾਨੂੰ 25% ਦਾ ਡਿਸਕਾਊਂਟ ਮਿਲੂਗਾ ਮੇਰੇ ਵੱਲੋਂ। ਆਈ ਥਿੰਕ ਦਿਸ ਇਜ਼ ਦਾ ਬੈਸਟ ਡੀਲ ਫੋਰ ਯੂ। ਤੇ ਫਿਰ ਹੁਣ ਅੱਗੇ ਗੱਲ ਕਰਦੇ ਹਾਂ ਅਸੀਂ ਅਗਲੀ ਦੀ, ਜੋ ਮੈਨੂੰ ਅਗਲੀ ਚੀਜ਼ ਸਭ ਤੋਂ ਵਧੀਆ ਲੱਗਦੀ ਕੈਨੇਡਾ ਬਾਰੇ। ਦੂਸਰੀ ਚੀਜ਼ ਬਾਰੇ ਮੈਂ ਗੱਲ ਕਰੂੰਗਾ ਉਹ ਹੈਗੀ ਆ ਇੰਡੀਪੈਂਡੈਂਸ। ਕੈਨੇਡਾ ਦੇ ਵਿੱਚ ਆ ਕੇ ਤੁਹਾਨੂੰ ਬਹੁਤ ਫਰੀਡਮ ਮਿਲ ਜਾਂਦੀ ਆ। ਫਰੀਡਮ ਇੱਕ ਅਲੱਗ ਚੀਜ਼ ਹੁੰਦੀ ਆ, ਫੈਮਿਲੀ ਤੋਂ ਅਲੱਗ ਰਹਿਣਾ ਇੱਕ ਅਲੱਗ ਚੀਜ਼ ਹੁੰਦੀ ਆ। ਲਾਈਕ ਇੰਡੀਆ ਦੇ ਵਿੱਚ ਜਦੋਂ ਅਸੀਂ ਰਹਿੰਦੇ ਹੁੰਦੇ ਹਾਂ ਅਸੀਂ ਕਿਤੇ ਜਾਣ ਬਾਰੇ ਸੋਚਦੇ ਹਾਂ ਤਾਂ ਸੋਚਦੇ ਹਾਂ ਅਸੀਂ ਘਰ ਜਦੋਂ ਦੂਰ ਜਾ ਰਹੇ ਹਾਂ ਬਈ ਸਾਨੂੰ ਇੱਕ ਦੋ ਦਿਨਾਂ ਦੀ ਛੁੱਟੀ ਮਿਲ ਗਈ। ਕੈਨੇਡਾ ਆ ਕੇ ਵੀ ਤੁਹਾਨੂੰ ਲੱਗੂਗਾ ਹਫ਼ਤਾ ਕਿ ਇੱਦਾਂ, ਬਟ ਬਾਅਦ ਵਿੱਚ ਫੀਲ ਹੁੰਦਾ ਕਿ ਜਦੋਂ ਸਾਰਾ ਕੁਝ ਆਪ ਕਰਨਾ ਪੈਂਦਾ ਨਾ ਫਿਰ ਪਤਾ ਲੱਗਦਾ ਕਿ ਫੈਮਿਲੀ ਦੇ ਨਾਲ ਹੀ ਵਧੀਆ ਹੁੰਦਾ। ਲਾਈਕ ਜਦੋਂ ਤੁਹਾਨੂੰ ਇੰਡੀਪੈਂਡੈਂਸ ਮਿਲਦੀ ਆ ਤੁਹਾਨੂੰ ਆਪਣਾ ਕੰਮ ਆਪ ਲੱਭਣਾ ਪੈਣਾ, ਤੁਹਾਨੂੰ ਆਪਣੇ ਘਰ ਦਾ ਕੰਮ ਆਪ ਕਰਨਾ ਪੈਣਾ, ਆਪਣੇ ਕੱਪੜੇ ਆਪ ਧੋਣੇ ਪੈਣੇ, ਆਪਣਾ ਖਾਣਾ ਆਪ ਬਣਾਉਣਾ ਪੈਣਾ, ਭਾਂਡੇ ਆਪ ਧੋਣੇ ਪੈਣੇ, ਸਾਰਾ ਕੁਝ ਤੁਹਾਨੂੰ ਆਪ ਕਰਨਾ ਪੈਣਾ। ਤਾਂ ਹੀ ਕਹਿੰਦੇ ਆ ਕਿ ਜਦੋਂ ਬੰਦਾ ਇਕੱਲਾ ਰਹਿੰਦਾ ਫਿਰ ਜ਼ਿੰਦਗੀ ਉਹਨੂੰ ਬਹੁਤ ਕੁਝ ਸਿਖਾ ਦਿੰਦੀ ਆ,
ਫਿਰ ਤੁਸੀਂ ਇਕੱਲੇ ਰਹੋਗੇ ਇੱਥੇ ਆ ਕੇ ਤੁਹਾਨੂੰ ਅੱਗੇ ਤੋਂ ਅੱਗੇ ਪਤਾ ਲੱਗਣਾ ਕਿ ਮੈਂ ਕੀ ਕਰਨਾ ਆ ਤੇ ਕਿੱਦਾਂ ਕਰਨਾ ਆ। ਥੋੜੀ ਦੇਰ ਚ ਤੰਗ ਜ਼ਰੂਰ ਹੋਵੋਗੇ ਬਟ ਇਹ ਸਭ ਤੋਂ ਵਧੀਆ ਗੱਲ ਆ ਮੇਰੇ ਹਿਸਾਬ ਨਾਲ ਜੇ ਤੁਸੀਂ ਇੱਦਾਂ ਆ ਰਹੇ ਹੋ ਔਨ ਸਟੂਡੈਂਟ ਵੀਜ਼ਾ। ਹੁਣ ਤੀਸਰਾ ਟੋਪਿਕ ਹੈਗਾ ਕੈਨੇਡਾ ਬਾਰੇ, ਜਿਹੜੀ ਮੈਨੂੰ ਸਭ ਤੋਂ ਵਧੀਆ ਚੀਜ਼ ਲੱਗਦੀ ਉਹ ਹੈਗੀ ਇਹ ਕੰਟਰੀ ਬਹੁਤ ਪੀਸਫੁਲ ਤੇ ਨਾਲੇ ਫਰੈਂਡਲੀ ਆ। ਪੀਸਫੁਲ ਤਾਂ ਕਰਕੇ ਕਿਉਂਕਿ ਮੈਨੂੰ ਨਹੀਂ ਲੱਗਦਾ ਪੂਰੀ ਦੁਨੀਆ ਦੇ ਵਿੱਚ ਕੋਈ ਹੋਰ ਏਦਾਂ ਦੀ ਕੰਟਰੀ ਹੋਊਗੀ ਜਿਹਦੇ ਕੋਈ ਕੋਈ ਦੁਸ਼ਮਣ ਨਹੀਂ ਹੋਣਗੇ ਲਾਈ ਰਾਈਟ। ਜਿੱਦਾਂ ਕਿ ਇੰਡੀਆ ਦੇ ਵਿੱਚ, ਇੰਡੀਆ ਦੇ ਨਾਲ ਅੱਜ ਕੱਲ੍ਹ ਤੁਹਾਨੂੰ ਪਤਾ ਚਾਈਨਾ ਦੀਆਂ ਜੰਗਾਂ ਛਿੜੀਆਂ ਹੋਈਆਂ ਆ, ਅਮੈਰੀਕਾ ਦੇ ਵਿੱਚ ਕਦੇ ਕਿਸੇ ਦਾ ਪੰਗਾ ਪੈ ਜਾਂਦਾ ਕਦੇ ਕਿਸੇ ਦਾ ਪੈ ਜਾਂਦਾ, ਸਾਰੀਆਂ ਕੰਟਰੀਆਂ ਦਾ ਪਿਆ ਹੀ ਰਹਿੰਦਾ। ਬਟ ਜਦੋਂ ਦਾ ਮੈਂ ਕੈਨੇਡਾ ਆਇਆ ਜਾਂ ਫਿਰ ਜਦੋਂ ਇੰਡੀਆ ਵੀ ਸੀਗਾ ਜਾਂ ਤਾਂ ਤੁਸੀਂ ਵੀ ਹੈ ਨਾ, ਮੈਂ ਅੱਜ ਤੱਕ ਨਹੀਂ ਸੁਣਿਆ ਕਿ ਕੈਨੇਡਾ ਦਾ ਕਿਸੇ ਨਾਲ ਪੰਗਾ ਪਿਆ ਹੋਵੇ ਜਾਂ ਕੈਨੇਡਾ ਦੀ ਕਿਸੇ ਨਾਲ ਲੜਾਈ ਹੋਣੀ ਹੋਵੇ ਜਾਂ ਕੁਛ ਵੀ ਜੰਗ ਵਗੈਰਾ ਛਿੜਨੀ ਹੋਵੇ ਨਾ। ਇਸ ਲਈ ਤੇ ਨਾਲੇ ਇੱਥੇ ਦੇ ਜਿਹੜੇ ਤੇ ਨਾਲੇ ਇਹ ਜਿਹੜੀ ਕੰਟਰੀ ਹੈ ਬਹੁਤ ਫਰੈਂਡਲੀ ਆ, ਸਾਰਿਆਂ ਨਾਲ ਇਹਨਾਂ ਦਾ ਵਧੀਆ ਬਣਿਆ ਰਹਿੰਦਾ। ਸਾਰੀਆਂ ਕੰਟਰੀਆਂ ਤੋਂ ਇੱਥੇ ਇਮੀਗ੍ਰੈਂਟਸ ਆਉਂਦੇ ਆ ਜਿਹਦੇ ਕਰਕੇ ਕੰਟਰੀ ਬਹੁਤ ਵਧੀਆ ਆ ਐਜ਼ ਕੰਪੇਅਰ ਟੂ ਅਮੈਰੀਕਾ। ਜੇ ਤੁਸੀਂ ਮੇਰੇ ਤੋਂ ਪੁੱਛੋਗੇ ਕਿ ਰਹਿਣ ਦੇ ਲਈ ਕਿਹੜੀ ਜਗ੍ਹਾ ਵਧੀਆ ਅਮੈਰੀਕਾ ਜਾਂ ਕੈਨੇਡਾ, ਓਬਵੀਅਸਲੀ ਮੈਂ ਤੁਹਾਨੂੰ ਕਹੂੰਗਾ ਕੈਨੇਡਾ। ਕੰਮ ਕਰਨ ਲਈ ਕਿਹੜੀ ਜਗ੍ਹਾ ਵਧੀਆ ਅਮੈਰੀਕਾ ਕਿ ਕੈਨੇਡਾ, ਕੈਨੇਡਾ। ਸਭ ਕੁਛ ਮੇਰੇ ਹਿਸਾਬ ਨਾਲ ਕੈਨੇਡਾ ਹੀ ਵਧੀਆ ਐਜ਼ ਕੰਪੇਅਰ ਟੂ ਅਮੈਰੀਕਾ। ਅਗਲੀ ਹੁਣ ਇਹ ਤਾਂ ਹੋ ਗਈ ਨਾ ਤੀਸਰੀ ਗੱਲ, ਤੇ ਚੌਥੀ ਗੱਲ ਆਉਂਦੀ ਆ ਹੁਣ ਇੱਥੇ ਦੀ ਗਵਰਨਮੈਂਟ। ਇੱਥੇ ਦੀ ਕੈਨੇਡਾ ਦੀ ਜਿਹੜੀ ਗਵਰਨਮੈਂਟ ਆ ਮੈਨੂੰ ਉਹ ਬਹੁਤ ਵਧੀਆ ਲੱਗੀ। ਜਿੱਦਾਂ ਕੋਰੋਨਾ ਸ਼ੁਰੂ ਹੋਇਆ ਤੁਹਾਨੂੰ ਇਹ ਵੀ ਪਤਾ ਆ ਕਿ ਉਹਨੇ $2,000 ਦਿੱਤਾ ਸਾਰਿਆਂ ਨੂੰ, ਇਹ ਵੀ ਕੋਈ ਸੌਖੀ ਚੀਜ਼ ਨਹੀਂ ਹੈਗੀ ਮਹੀਨੇ ਦੇ ਮਹੀਨੇ $2,000 ਦੇਣਾ। ਤੇ ਨਾਲੇ ਦੂਸਰੀ ਚੀਜ਼ ਜਿੱਦਾਂ ਕਿ ਹੁਣ ਸਾਰਿਆਂ ਨੇ ਇੱਥੇ ਹੈਲਪ ਕੀਤੀ, ਬੈਂਕ ਦੇ ਲੋਨ ਕੈਂਸਲ ਕਰ ਦਿੱਤੇ 6-6 ਮਹੀਨਿਆਂ ਦੇ ਲਈ, ਗਵਰਨਮੈਂਟ ਫੈਸਿਲਿਟੀਜ਼ ਦਿੰਦੀ ਆ। ਹੁਣ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਤਾਂ ਹੈਲਥ ਕੇਅਰ ਫੈਸਿਲਿਟੀਜ਼, ਮੈਨੂੰ ਇੱਥੇ ਦੀ ਹੈਲਥ ਕੇਅਰ ਬਹੁਤ ਪਸੰਦ ਆ। ਲਾਈਕ ਜੇ ਤੁਸੀਂ ਕਾਲਜ ਦੇ ਵਿੱਚ ਆਉਂਦੇ ਆ ਤੁਹਾਡੀ ਕਾਲਜ ਵੱਲੋਂ ਇੰਸ਼ੋਰੈਂਸ ਹੋਊਗੀ, ਜੇ ਤੁਸੀਂ ਸਕੂਲ ਦੇ ਵਿੱਚ ਹੁੰਦੇ ਆ ਤੁਹਾਡੀ ਸਕੂਲ ਵੱਲੋਂ ਇੰਸ਼ੋਰੈਂਸ ਹੋਊਗੀ, ਜੇ ਤੁਸੀਂ ਕਿਤੇ ਕੰਮ ਕਰ ਰਹੇ ਹੋ ਤੁਹਾਡੀ ਕੰਮ ਵੱਲੋਂ ਕੰਪਨੀ ਵੱਲੋਂ ਇੰਸ਼ੋਰੈਂਸ ਹੋਣੀ ਆ। ਅਦਰਵਾਈਜ਼ ਤੁਹਾਡੇ ਗਵਰਨਮੈਂਟ ਵੱਲੋਂ ਹੈਲਥ ਕਾਰਡ ਬਣੇ ਹੁੰਦੇ ਆ, ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੋ ਜਾਵੇ, ਤੁਹਾਨੂੰ ਕੋਈ ਵੀ ਬਿਮਾਰੀ ਲੱਗੇ ਜਾਂ ਤੁਸੀਂ ਦਵਾਈ ਵੀ ਲੈਣੀ ਆ, ਤੁਸੀਂ ਡਾਕਟਰ ਦੇ ਕੋਲ ਜਾਓ ਤੇ ਉੱਥੇ ਜਾ ਕੇ ਬਸ ਜਸਟ ਤੁਹਾਨੂੰ ਕੁਛ ਪੇ ਕਰਨ ਦੀ ਨਹੀਂ ਲੋੜ। ਕਈ ਵਾਰੀ ਹੁੰਦਾ ਇੱਦਾਂ ਕਿ ਤੁਹਾਨੂੰ 60% ਮੈਡੀਸਿਨ ਮਿਲਦੀਆਂ ਹੁੰਦੀਆਂ ਗਵਰਨਮੈਂਟ ਵੱਲੋਂ, 40% ਪੇ ਕਰਨਾ ਪੈਂਦਾ, ਬਟ ਮੋਸਟ ਆਫ ਦਾ ਟਾਈਮ ਨਹੀਂ ਪੇ ਕਰਨਾ ਪਿਆ, 100% ਪੇਡ ਹੁੰਦਾ ਆ। ਹੁਣ ਜੇ ਅਗਲੀ ਗੱਲ ਕਰੀਏ ਇੱਥੇ ਦੀ ਸੇਫਟੀ ਐਂਡ ਇੱਥੇ ਦੀ ਇੰਪਲੋਇਮੈਂਟ। ਹੁਣ ਜੇ ਪਹਿਲੀ ਗੱਲ ਤਾਂ ਸੇਫਟੀ, ਇੱਥੇ ਸੇਫਟੀ ਬਹੁਤ ਆ ਕੈਨੇਡਾ ਦੇ ਵਿੱਚ। ਸੇਫਟੀ ਮਤਲਬ ਕਿੱਦਾਂ, ਇੱਕ ਤਾਂ ਕੋਈ ਇੱਥੇ ਲੜਾਈਆਂ ਲੜੂਈਆਂ ਨਹੀਂ ਹੁੰਦੀਆਂ ਕਿਸੇ ਦੀਆਂ, ਤੇ ਦੂਸਰੀ ਗੱਲ ਤੇ ਨਾਲੇ ਸੇਫਟੀ ਐਂਡ ਰੂਲਸ। ਰੂਲਸ ਮਤਲਬ ਕਿੱਦਾਂ, ਜੇ ਅਸੀਂ ਰੋਡ ਦੇ ਉੱਤੇ ਜਾ ਰਹੇ ਹਾਂ ਰੋਡ ਦੇ ਉੱਤੇ ਰੂਲਸ ਬਹੁਤ ਵਧੀਆ ਆ, ਪੈਡੈਸਟ੍ਰੀਅਨਸ ਨੂੰ ਪਹਿਲਾਂ ਪਹਿਲ ਦਿੰਦੇ ਆ, ਪਹਿਲਾਂ ਜੇ ਅਸੀਂ ਤੁਰ ਕੇ ਜਾ ਰਹੇ ਹਾਂ ਉਹ ਪਹਿਲਾਂ ਜਾਣਗੇ, ਬਾਕੀ ਗੱਡੀਆਂ ਬਾਅਦ 'ਚ ਜਾਣਗੀਆਂ, ਸਟੋਪ ਸਾਈਨ ਲੱਗੇ ਹੋਏ ਜਗ੍ਹਾ ਜਗ੍ਹਾ ਤੇ। ਜੇ ਕਿਤੇ ਵੀ ਤੁਸੀਂ ਜਾਓਗੇ ਭਾਵੇਂ ਕੋਈ ਆ ਰਿਹਾ ਕਿ ਨਹੀਂ ਆ ਰਿਹਾ ਅੱਗੇ ਪਿੱਛੋਂ, ਸਾਨੂੰ ਉੱਥੇ ਤਾਂ ਵੀ ਖੜ ਕੇ ਲੋਕੀ ਦੇਖਦੇ ਆਲੇ ਦੁਆਲੇ ਕੋਈ ਆ ਤਾਂ ਨਹੀਂ ਰਿਹਾ, ਇਹ ਵਾਲੀ ਚੀਜ਼ ਬਹੁਤ ਵਧੀਆ ਮੈਨੂੰ ਲੱਗਦੀ ਆ। ਤੇ ਦੂਸਰੀ ਇੰਪਲੋਇਮੈਂਟ ਦੀ ਜੇ ਗੱਲ ਕੀਤੀ ਜਾਵੇ ਤਾਂ ਪੇ ਰੇਟ, ਮੈਨੂੰ ਇੱਥੇ ਦੀ ਸਭ ਤੋਂ ਵਧੀਆ ਚੀਜ਼ ਜਿਹੜੀ ਲੱਗੀ ਨਾ, ਇੱਥੇ ਵੀ ਹੈਗਾ ਵੈਸੇ ਤਾਂ ਹੋਰ ਕੰਟਰੀਜ਼ ਵਿੱਚ ਵੀ ਹੈਗਾ ਆ, ਬਟ ਮੈਂ ਕੈਨੇਡਾ 'ਚ ਹਾਂ ਮੈਂ ਇਸ ਲਈ ਇੱਥੇ ਬਾਰੇ ਗੱਲ ਕਰੂੰਗਾ। ਇੱਥੇ ਦਾ ਪੇ ਰੇਟ ਜਿਹੜਾ ਮਿਨੀਮਮ ਪੇ ਰੇਟ ਓਨਟੈਰੀਓਜ਼ ਵਿੱਚ ਜਿੱਦਾਂ $14, ਨੋ ਮੈਟਰ ਤੁਸੀਂ ਕਿਹੜਾ ਕੰਮ ਕਰਦੇ ਹੋ ਤੁਹਾਨੂੰ ਮਿਨੀਮਮ $14 ਪਰ ਆਵਰ ਮਿਲਣੇ ਹੀ ਮਿਲਣੇ ਆ। ਇਹ ਵਾਲੀ ਚੀਜ਼ ਵੱਲੋਂ ਮੈਂ ਇੰਡੀਆ ਨੂੰ, ਇੰਡੀਆ ਦੀ ਮੈਨੂੰ ਬਿਲਕੁਲ ਨਹੀਂ ਹੈਗੀ ਪਸੰਦ, ਕਿ ਜਿੱਦਾਂ ਕਿ ਉੱਥੇ ਤੁਹਾਨੂੰ ਪਤਾ ਆਪਣੇ ਕਿੱਦਾਂ ਸਾਰੇ ਮਜ਼ਦੂਰ ਕੰਮ ਕਰਨ ਲੱਗੇ ਹੁੰਦੇ ਭਈਏ ਵਗੈਰਾ ਨਾ, ਤੇ ਉਹਨਾਂ ਨੂੰ ਦਿਹਾੜੀ ਸਾਰੇ ਕੋਈ 150 ਰੁਪਈਆ ਕੋਈ 200 ਰੁਪਈਆ ਕੋਈ ਏਦਾਂ ਦਿੰਦਾ ਹੁੰਦਾ। ਮੇਰੇ ਹਿਸਾਬ ਨਾਲ ਉੱਥੇ ਵੀ ਪੇ ਰੇਟ ਸੈੱਟ ਹੋਣਾ ਚਾਹੀਦਾ, ਘੱਟੋ ਘੱਟ ਉਹਨਾਂ ਨੂੰ 1 ਦਿਨ ਦਾ ਜਾਂ ਫਿਰ 1 ਘੰਟੇ ਦਾ ਇੰਨੇ ਰੁਪਏ ਮਿਲਣੇ ਆ। ਇੱਥੇ ਦੀ ਵੈਦਰ, ਵੈਦਰ ਮੈਂ ਜਸਟ ਸਮਰ ਦੀ ਗੱਲ ਕਰੂੰਗਾ, ਵਿੰਟਰ ਦੀ ਗੱਲ ਨਹੀਂ ਕਰੂੰਗਾ, ਕਿਉਂਕਿ ਵਿੰਟਰ 'ਚ ਇੱਥੇ ਬਹੁਤ ਠੰਡ ਹੁੰਦੀ ਆ ਤੇ ਸਨੋ ਬਹੁਤ ਪੈਂਦੀ ਆ। ਜੇ ਸਮਰ ਦੀ ਗੱਲ ਕੀਤੀ ਜਾਵੇ ਤਾਂ ਸਮਰ ਚੱਲ ਰਿਹਾ ਅੱਜ ਕੱਲ੍ਹ ਇੱਥੇ, ਜੁਲਾਈ ਚੱਲ ਰਿਹਾ, ਮੈਂ ਘਰੇ ਹੁੱਡੀ ਪਾ ਕੇ ਬੈਠਾ ਆ, ਤੁਹਾਨੂੰ ਪਤਾ ਲੱਗੇ ਗਿਆ ਹੋਣਾ ਸਮਰ ਕਿੱਦਾਂ ਦੇ ਆ ਇੱਥੇ। ਇੱਦਾਂ ਆ ਕਿ ਕਦੇ ਕਦੇ ਜ਼ਰੂਰ ਗਰਮੀ ਹੁੰਦੀ ਆ 30-35 ਡਿਗਰੀ, ਬਟ ਆਈ ਡੋਂਟ ਥਿੰਕ ਸੋ ਉਹ ਵੀ ਟੈਂਪਰੇਚਰ ਜ਼ਿਆਦਾ ਹਾਈ ਹੁੰਦਾ ਆ, ਇੰਨਾ ਕੁ ਘੱਟੋ ਘੱਟ ਸਾਲ ਦੇ ਵਿੱਚ 1-2 ਮਹੀਨੇ ਦਾ ਹੋਣਾ ਹੀ ਚਾਹੀਦਾ ਤਾਂ ਹੀ ਗੱਲਬਾਤ ਬਣਦੀ ਆ। ਤੇ ਬਾਕੀ ਫਿਰ ਇੱਥੇ ਜੇ ਤੁਸੀਂ ਅੱਜ ਬਾਹਰ ਬੱਦਲ ਹੋਏ ਪਏ ਆ, ਮੀਂਹ ਪੈ ਰਿਹਾ ਆ, ਕਿਸੇ ਵੇਲੇ ਗਰਮੀ ਕਿਸੇ ਵੇਲੇ ਠੰਡ, ਤੇ ਅਸੀਂ ਜੇ ਬਾਹਰ ਘੁੰਮਣ ਜਾਣਾ ਅਸੀਂ ਮਜ਼ੇ ਨਾਲ ਜਾ ਸਕਦੇ ਹਾਂ। ਇੱਦਾਂ ਨਹੀਂ ਆ ਕਿ ਇੱਥੇ 40-50 ਡਿਗਰੀ ਟੈਂਪਰੇਚਰ ਹੋ ਜਾਣਾ ਤੇ ਬੰਦਾ ਸੜਨ ਲੱਗ ਪਵੇ, ਨਹੀਂ ਇੱਦਾਂ ਨਹੀਂ ਆ। ਅਗਲੀ ਗੱਲ, ਇੱਥੇ ਦਾ ਹਾਊਸਿੰਗ ਸਟਰਕਚਰ ਮੈਨੂੰ ਬਹੁਤ ਪਸੰਦ ਆ। ਇੱਦਾਂ ਨਹੀਂ ਮਤਲਬ ਉੱਦਾਂ ਨਹੀਂ ਪਸੰਦ ਮੈਨੂੰ ਆ ਘਰ ਜਿੱਦਾਂ, ਇਹ ਤਾਂ ਲੱਕੜ ਹੈ ਨਾ, ਇਹ ਵਾਲੀ ਚੀਜ਼ ਮੈਨੂੰ ਪਸੰਦ, ਮੈਨੂੰ ਉੱਦਾਂ ਉਹ ਵਾਲੀ ਚੀਜ਼ ਇੰਡੀਆ ਵਾਲੀ ਵਧੀਆ ਲੱਗਦੀ ਹੈ, ਉੱਥੇ ਪੱਥਰ ਦੇ ਘਰ ਬਣੇ ਹੁੰਦੇ ਆ, ਬਟ ਇੱਥੇ ਤਾਂ ਮੈਨੂੰ ਸਟਰਕਚਰ ਇਹ ਪਸੰਦ ਆ ਕਿ ਜਿੱਦਾਂ ਘਰ ਦੇ ਅੰਦਰ ਅੰਡਰਗਰਾਊਂਡ ਹੀਟ ਲੱਗੀ ਹੁੰਦੀ ਆ, ਅੰਡਰਗਰਾਊਂਡ ਏਸੀ ਲੱਗੇ ਹੁੰਦੇ ਆ। ਇਹ ਕਿਉਂ? ਕਿਉਂਕਿ ਜੇ ਏਸੀ ਗਰਮੀਆਂ ਦੇ ਵਿੱਚ ਜਿੰਨੀ ਮਰਜ਼ੀ ਗਰਮੀ ਹੋ ਜਾਵੇ ਅਸੀਂ ਏਸੀ ਚਲਾ ਲਵਾਂਗੇ, ਘਰ ਦੇ ਵਿੱਚ ਇਕੁਅਲ ਟੈਂਪਰੇਚਰ ਹੋ ਜਾਣਾ, ਠੰਡ ਹੋ ਜਾਣੀ। ਜੇ ਸਰਦੀਆਂ ਦੇ ਵਿੱਚ ਠੰਡ ਹੋ ਜਾਊਗੀ ਅਸੀਂ ਹੀਟ ਚਲਾ ਲੈਣੀ, ਘਰ ਦੇ ਵਿੱਚ ਇਕੁਅਲ ਹੀਟ ਹੋ ਜਾਣੀ ਜਾਂ ਗਰਮੀ ਹੋ ਜਾਣੀ।
ਸਾਨੂੰ ਮਤਲਬ ਘਰ ਦੇ ਅੰਦਰ ਹੈ ਨਾ ਫੀਲ ਹੀ ਨਹੀਂ ਹੁੰਦਾ ਬਾਹਰ ਠੰਡ ਆ ਕਿ ਗਰਮੀ ਆ। ਜਿੱਦਾਂ ਇੰਡੀਆ 'ਚ ਸਰਦੀ ਹੋਊਗੀ ਤਾਂ ਫਿਰ ਅੰਦਰ ਸਾਨੂੰ ਬਹੁਤ ਠੰਡ ਲੱਗਦੀ ਆ, ਗਰਮੀ ਹੋਊਗੀ ਤਾਂ ਅੰਦਰ ਬਹੁਤ ਗਰਮੀ ਲੱਗਦੀ ਆ, ਇੱਦਾਂ ਨਹੀਂ ਆ। ਇੱਥੇ ਬਹੁਤ ਵਧੀਆ ਲੱਗਦਾ ਆ, ਮੈਂ ਕੰਪੇਅਰ ਨਹੀਂ ਕਰ ਰਿਹਾ, ਹੁਣ ਤੁਹਾਨੂੰ ਐਂਡ ਦੇ ਵਿੱਚ ਮੈਂ ਇਹੀ ਗੱਲ ਕਹੂੰਗਾ, ਮੈਂ ਇੰਡੀਆ ਅਤੇ ਕੈਨੇਡਾ ਨੂੰ ਕੰਪੇਅਰ ਨਹੀਂ ਕਰ ਰਿਹਾ। ਇੰਡੀਆ ਦੀ ਆਪਣੀਆਂ ਛਾਈਆਂ, ਕੈਨੇਡਾ ਦੀਆਂ ਆਪਣੀਆਂ ਛਾਈਆਂ। ਮੈਨੂੰ ਇੰਡੀਆ ਬਹੁਤ ਪਸੰਦ ਆ ਹਾਲੇ ਵੀ, ਜੇ ਹੁਣ ਵੀ ਮੈਨੂੰ ਵਧੀਆ ਕੋਈ ਕੰਮ ਹੁੰਦੇ, ਮੈਂ ਵਧੀਆ ਪੈਸੇ ਕਮਾ ਲਾ ਪਾਉਣਾ ਇੰਡੀਆ, ਮੈਂ ਤਾਂ ਵੀ ਇੰਡੀਆ ਚੱਲ ਜਾਊਂਗਾ। ਨਾ ਕਿ ਮਿੱਠੀ ਜੇਲ ਆ, ਬਸ ਉਹੀ ਚੀਜ਼ ਆ ਇਹ ਕਿ ਬੰਦਾ ਜਾ ਵੀ ਨਹੀਂ ਸਕਦਾ ਤੇ ਰਹਿਣ ਜ਼ਬਰਦਸਤੀ ਰਹਿਣਾ ਵੀ ਪੈਂਦਾ ਇੱਥੇ। ਬਾਕੀ ਜੇ ਤੁਹਾਨੂੰ ਕੋਈ ਸਵਾਲ ਹੋਊਗਾ ਤਾਂ ਮੈਨੂੰ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ, ਤੇ ਨਾਲੇ ਜਿਹੜੀ ਮੈਂ ਤੁਹਾਨੂੰ ਐਪ ਦੱਸੀ ਕੈਂਬਲੀ, ਜੇ ਤੁਸੀਂ ਕੈਨੇਡਾ ਆਉਣਾ ਆ, ਜੇ ਤੁਸੀਂ ਆਇਲਸ ਵੀ ਕਰਨੀ ਆ ਤਾਂ ਜ਼ਰੂਰ ਉਹ ਵਾਲੀ ਐਪ ਯੂਜ਼ ਕਰੋ ਇੱਕ ਵਾਰੀ। ਮੈਂ ਤੁਹਾਨੂੰ ਸਲਾਹ ਦਊਂਗਾ, ਬਹੁਤ ਤੁਸੀਂ ਉਹਦੇ ਨਾਲ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਆ। ਮੈਂ ਪਰਸਨਲੀ ਯੂਜ਼ ਕੀਤੀ ਆ, ਬਹੁਤ ਉਹਦੇ ਨਾਲ ਇੰਪਰੂਵਮੈਂਟ ਹੁੰਦੀ ਆ। ਤੇ ਮੇਰਾ ਕੋਡ ਯੂਜ਼ ਕਰੋ ਕੰਡਾ ਵਲੌਗਸ, ਤੁਹਾਨੂੰ 25% ਡਿਸਕਾਊਂਟ ਮਿਲੂਗਾ, ਤੁਹਾਡੇ ਥੋੜੇ ਕੁ ਪੈਸੇ ਬਚਣਗੇ ਨਾ, ਤੇ ਓਨੀਆਂ ਹੀ ਤੁਸੀਂ ਮੈਨੂੰ ਦੁਆਵਾਂ ਦੇ ਦਿਓ, ਮੇਰਾ ਚੈਨਲ ਹੋਰ ਵਧੀਆ ਹੋਜੂ। ਤੇ ਬਾਕੀ ਜੇ ਕੋਈ ਸਵਾਲ ਹੋਊਗਾ ਕਮੈਂਟ ਕਰਕੇ ਜ਼ਰੂਰ ਪੁੱਛਿਓ, ਮੈਨੂੰ ਦੱਸਿਓ ਤੁਹਾਨੂੰ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗੀ ਕੈਨੇਡਾ ਦੀ, ਤੇ ਜੇ ਤੁਸੀਂ ਇੰਡੀਆ 'ਚ ਰਹਿੰਦੇ ਹੋ ਤੁਹਾਨੂੰ ਇੰਡੀਆ 'ਚ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗਦੀ ਆ। ਬਾਕੀ ਜਿਹੜੇ ਨਵੇਂ ਆਏ ਨੇ, ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰਿਓ। ਜੇ ਇੱਥੇ ਤੱਕ ਵੀਡੀਓ ਦੇਖੀ ਆ ਤਾਂ ਮਤਲਬ ਤੁਹਾਨੂੰ ਵੀਡੀਓ ਪਸੰਦ ਆਈ, ਡੋਂਟ ਫੋਰਗੇਟ ਟੂ ਹਿੱਟ ਦਾ ਲਾਈਕ ਬਟਨ, ਤੇ ਨਾਲੇ ਜੇ ਆਏ ਹੋ ਤਾਂ ਫਿਰ ਸਬਸਕ੍ਰਾਈਬ ਵੀ ਹੁਣ ਕਰਕੇ ਹੀ ਜਾਇਓ ਤਾਂ ਕਿ ਤੁਹਾਨੂੰ ਮੇਰੇ ਹੋਰ ਵਲੌਗਸ ਵਧੀਆ ਲੱਗਣ। ਮਿਲਾਂਗੇ ਅਗਲੇ ਵਲੌਗ ਦੇ ਵਿੱਚ, ਦੇਖਦੇ ਰਹੋ ਕੰਡਾ ਵਲੌਗਸ, ਸੀ ਯੂ ਇਨ ਦ ਨੈਕਸਟ ਵਲੌਗ, ਸਟੇ ਹੋਮ, ਸਟੇ ਸੇਫ, ਕੀਪ ਵਾਚਿੰਗ ਕੰਡਾ ਵਲੌਗਸ।